SYL ਦਾ ਵਿਵਾਦ ਦੁਬਾਰਾ ਖੜਾ ਹੋ ਚੁੱਕਿਆ ਔਰ ਇਸ ਵਿਵਾਦ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਸੁਪਰੀਮ ਕੋਰਟ ਵੱਲੋਂ ਹੁਕਮ ਐਲਾਣੇ ਗਏ ਨੇ ਔਰ ਇਹਨਾਂ ਹੁਕਮਾਂ ਦੇ ਵਿੱਚ ਕੇਂਦਰ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ। ਸਿਰਫ ਕੇਂਦਰ ਨੂੰ ਹੀ ਨਹੀਂ ਸਗੋਂ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਹੈ। ਸਭ ਤੋਂ ਪਹਿਲਾਂ ਕੇਂਦਰ ਨੂੰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਇਸ ਦੇ ਵਿੱਚ ਸਿੱਧਾ ਦਖਲ ਕਰੇ, ਮੂਕ ਦਰਸ਼ਕ ਨਾ ਬਣ ਕੇ ਰਹੇ, ਸਗੋਂ ਪ੍ਰੋਐਕਟਿਵ ਵੇ ਦੇ ਨਾਲ ਇਸ ਦੇ ਵਿੱਚ ਐਕਸ਼ਨ ਕਰੇ ਔਰ ਸਰਵੇ ਕਰਨ ਲਈ ਕਿਹਾ, ਖਾਸ ਕਰਕੇ ਪੰਜਾਬ ਦਾ, ਕਿਉਂਕਿ ਪੰਜਾਬ ਦੇ ਵਿੱਚ ਨਿਰਮਾਣ ਜਿਹੜਾ ਹੈ ਉਹ ਅਜੇ ਤੱਕ ਨਹੀਂ ਹੋਇਆ। ਦੂਜੇ ਪਾਸੇ ਹਰਿਆਣੇ ਦੇ ਵਿੱਚ SYL ਨਹਿਰ ਜਿਹੜੀ ਸੀ ਆਪਣੇ ਵੱਲੋਂ ਉਹਨਾਂ ਨੇ ਆਪਣੇ ਹਿੱਸੇ ਤੱਕ ਬਣਾ ਦਿੱਤੀ ਹੈ, ਬਲਕਿ ਦੂਜੇ ਪਾਸੇ ਪੰਜਾਬ ਦੇ ਵਿੱਚ ਨਿਰਮਾਣ ਅਜੇ ਤੱਕ ਨਹੀਂ ਹੋਇਆ, ਜਿਸ ਵਾਸਤੇ ਕੇਂਦਰ ਨੂੰ ਇਸ ਦੇ ਵਿੱਚ ਦਖਲ ਲੈਣ ਲਈ ਕਿਹਾ ਗਿਆ ਅਤੇ ਪੰਜਾਬ ਦੇ ਵਿੱਚ ਉਹ ਥਾਂ ਉੱਤੇ ਖਾਸ ਕਰਕੇ ਸਰਵੇ ਕਰਨ ਲਈ ਕਿਹਾ, ਉਹ ਜ਼ਮੀਨ ਜਿੱਥੇ SYL ਬਣਨੀ ਸੀ ਉਹ ਜ਼ਮੀਨ ਕਿਸ ਦੇ ਕੋਲ ਹੈ, ਸਰਕਾਰ ਦੇ ਕੋਲ ਹੀ ਹੈ ਜਾਂ ਫਿਰ ਵਾਪਸ ਕਿਸਾਨ ਵਰਤਦੇ ਪਏ ਨੇ, ਇਹ ਸਾਰਾ ਕੁਝ ਪਤਾ ਕਰਨ ਲਈ ਕਿਹਾ ਗਿਆ ਔਰ ਨਿਰਮਾਣ ਕਿੱਥੇ ਤੱਕ ਪਹੁੰਚਿਆ ਇਹ ਪਤਾ ਕਰਨ ਲਈ ਕਿਹਾ। ਹੁਣ ਦੂਜੀ ਗੱਲ ਇਹ ਹੈ ਕਿ ਕੇਂਦਰ ਨੂੰ ਹੁਕਮ ਦੇਣ ਦੇ ਨਾਲ ਨਾਲ ਸੂਬਾ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਹੈ। ਪੰਜਾਬ ਸਰਕਾਰ ਨੂੰ ਫਟਕਾਰ ਇਹ ਲਾਈ ਗਈ ਹੈ ਕਿ ਪੰਜਾਬ ਸਰਕਾਰ ਵਿੱਚ ਦਖਲ ਨਾ ਦੇਵੇ, ਸਹਿਯੋਗ ਦੇਵੇ ਔਰ ਮਰਿਆਦਾ ਯਾਦ ਕਰਵਾਈ ਗਈ ਹੈ ਸੁਪਰੀਮ ਕੋਰਟ ਦੀ। ਇੱਥੋਂ ਤੱਕ ਹੀ ਨਹੀਂ ਸਗੋਂ ਚੇਤਾਵਨੀ ਵੀ ਦੇ ਦਿੱਤੀ ਗਈ ਹੈ। ਚੇਤਾਵਨੀ ਦਿੱਤੀ ਗਈ ਹੈ ਕਿ ਸਾਨੂੰ ਕੜੇ ਕਦਮ ਨਾ ਚੁੱਕਣ ਦਿੱਤੇ ਜਾਣ, ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਕੜੇ ਕਦਮ ਚੁੱਕੀਏ ਅਤੇ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਖਲ ਦਈਏ। ਹਾਲਾਂਕਿ ਹੁਕਮ ਜਿਹੜੇ ਨੇ ਉਹ ਕੇਂਦਰ ਸਰਕਾਰ ਨੂੰ ਕਰ ਦਿੱਤੇ ਗਏ ਨੇ ਔਰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ। ਵਿਰੋਧੀ ਪਾਰਟੀਆਂ ਦੇ ਵਿੱਚ ਪੰਜਾਬ ਦੇ ਅੰਦਰ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਤੈਸ਼ ਹੈ, ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਸਿੱਧੇ ਇਲਜ਼ਾਮ ਲੱਗ ਰਹੇ ਨੇ ਕਿ ਪੰਜਾਬ ਸਰਕਾਰ ਕੇਂਦਰ ਦੇ ਨਾਲ ਮਿਲੀ ਹੋਈ ਹੈ ਔਰ ਪੰਜਾਬ ਸਰਕਾਰ ਦੇ ਜਿਹੜੇ MP ਨੇ ਉਹਨਾਂ ਵੱਲੋਂ ਵੀ ਇਹ ਗੱਲ ਆਖ ਦਿੱਤੀ ਗਈ ਸੀ ਕਿ SYL ਨਹਿਰ ਬਣੇਗੀ। ਸੁਸ਼ੀਲ ਕੁਮਾਰ ਰਿੰਕੂ ਦਾ ਜ਼ਿਕਰ ਕੀਤਾ ਜਾਂਦਾ ਵਿਰੋਧੀ ਪਾਰਟੀਆਂ ਵੱਲੋਂ ਕਿ ਉਹਨਾਂ ਨੇ ਕਿਹਾ ਕਿ SYL ਦਾ ਨਿਰਮਾਣ ਜਿਹੜਾ ਉਹ ਹੋਵੇਗਾ, BBMB ਦੇ ਵਿੱਚ ਪੰਜਾਬ ਦੇ ਅਧਿਕਾਰੀ ਛੱਡ ਕੇ ਦਿੱਲੀ ਦੇ ਅਧਿਕਾਰੀ ਲਾਉਣ ਦਾ ਜ਼ਿਕਰ ਹੁੰਦਾ ਹੈ ਔਰ SYL ਨੂੰ ਲੈ ਕੇ ਵਿਵਾਦ ਇੰਨਾ ਭੜਕ ਜਾਂਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਦੋਂ ਸੁਪਰੀਮ ਕੋਰਟ ਵੱਲੋਂ ਫਟਕਾਰ ਲਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਇਜਲਾਸ, ਆਪਣੀ ਮੀਟਿੰਗ ਜਿਹੜਾ ਉਹ ਸੱਦ ਲਈ ਜਾਂਦੀ ਹੈ, ਇੱਕ ਮੀਟਿੰਗ ਆਪਣੇ ਕੈਬਨਿਟ ਦੀ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਔਰ ਦੂਜੇ ਪਾਸੇ ਜੇ ਇਸ SYL ਨਹਿਰ ਦੀ ਗੱਲ ਕਰੀਏ ਤਾਂ SYL ਨਹਿਰ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਆਰਡਰ ਕੀਤੇ ਨੇ ਕੇਂਦਰ ਨੂੰ, ਕੇਂਦਰ ਸਰਕਾਰ ਹੁਣ ਇਸ ਵਿੱਚ ਦਖਲ ਦੇਵੇ ਇਹ ਕਿਹਾ ਗਿਆ ਔਰ ਨਾਲ ਦੀ ਨਾਲ ਹੀ ਕੇਂਦਰ ਸਰਕਾਰ ਉਸ ਜ਼ਮੀਨ ਦਾ ਮੁਆਇਨਾ ਕਰੇ, ਉੱਥੇ ਜਾ ਕੇ ਸਰਵੇ ਕਰੇ ਔਰ ਇਹ ਪਤਾ ਲਗਾਵੇ ਕਿ SYL ਦਾ ਨਿਰਮਾਣ ਕਿਉਂ ਨਹੀਂ ਹੋਇਆ, ਕਿਹੜੇ ਕਾਰਨ ਨੇ ਔਰ ਕਦ ਤੱਕ ਹੋਵੇ, ਇਹ ਗੱਲ ਯਕੀਨੀ ਬਣਾਉਣ ਨੂੰ ਕਿਹਾ ਗਿਆ। ਦੂਜੇ ਪਾਸੇ ਜੇ ਮਨੋਹਰ ਲਾਲ ਖੱਟਰ ਦੀ ਗੱਲ ਕਰੀਏ ਤਾਂ ਮਨੋਹਰ ਲਾਲ ਖੱਟਰ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਉਮੀਦ ਵੀ ਜਿਤਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਸਮੇਂ ਸਿਰ SYL ਨਹਿਰ ਬਣ ਜਾਵੇ, ਕਿਉਂਕਿ ਹਰਿਆਣੇ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਖੈਰ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਹੁੰਦਾ ਹੈ, ਕਿਉਂਕਿ ਅਜੇ ਮੀਟਿੰਗ ਹੋਵੇਗੀ ਔਰ ਨਾਲ ਦੀ ਨਾਲ ਹੀ ਦੂਜੇ ਪਾਸੇ ਕੇਂਦਰ ਵੱਲੋਂ ਵੀ ਐਕਸ਼ਨ ਕੀਤਾ ਜਾਵੇਗਾ, ਕੀ ਕੁਝ ਹੁੰਦਾ ਹੈ SYL ਨਹਿਰ ਮੁੱਦੇ ਦੇ ਉੱਤੇ ਦੇਖਣਾ ਹੋਵੇਗਾ। ਕਾਫੀ ਪੁਰਾਣਾ ਮਾਮਲਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਸਾਹਮਣੇ ਆਉਂਦਾ ਤੁਹਾਨੂੰ ਦੱਸਦੇ ਰਹਾਂਗੇ। ਬਣੇ ਰਹੋ One India Punjabi ਤੇ। ਸਬਸਕ੍ਰਾਈਬ ਟੂ One India Channel ਐਂਡ ਨੈਵਰ ਮਿਸ ਐਨ ਅਪਡੇਟ।